ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਤੁਹਾਨੂੰ ਘੁਮਾਉਣ ਲਿਆਏ ਹਾਂ ਲਾਗੂ ਦੀ ਬਰਾਇਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪਿੱਛੇ ਸਾਡੇ ਲੇਕ ਹੈ, ਲੇਕ ਬਿਲਕੁਲ ਬਰਫ਼ ਦੇ ਨਾਲ ਜੰਮੀ ਪਈ ਹੈ, ਜਿੱਥੇ ਕਈ ਸਾਰੇ ਟੂਰਿਸਟ ਘੁੰਮਣ ਆਏ ਨੇ। ਇਹ ਬਹੁਤ ਹੀ ਵਧੀਆ ਜਗ੍ਹਾ ਹੈ। ਇੱਥੇ ਬਹੁਤ ਹੀ ਜ਼ਿਆਦਾ ਠੰਡ ਹੈ ਅਤੇ ਇੱਥੇ -8 ਟੈਂਪਰੇਚਰ ਹੈ ਇਸ ਵਕਤ। ਅਤੇ ਇਸ ਲੇਕ ਦੀ ਲੰਬਾਈ ਲਗਭਗ 1 ਕਿਲੋਮੀਟਰ ਹੈ ਅਤੇ ਚੌੜਾਈ 300 ਤੋਂ 400 ਮੀਟਰ ਹੈ। ਇੱਥੇ ਤੁਰਨਾ ਥੋੜ੍ਹਾ ਮੁਸ਼ਕਿਲ ਹੈ ਕਿਉਂਕਿ ਬਰਫ਼ ਦੇ ਨਾਲ ਪੈਰ ਜਿਹੜੇ ਨੇ ਉਹ ਤਿਲਕਦੇ ਨੇ ਅਤੇ ਡਿੱਗਣ ਦਾ ਵੀ ਬਹੁਤ ਖਤਰਾ ਹੈ। ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਅੱਜ ਮੈਂ ਬਰਾਇਸ ਲੇਕ ਘੁੰਮਣ ਵਾਸਤੇ ਆਈ ਹਾਂ। ਅਸੀਂ ਬਿਲਕੁਲ ਲੇਕ ਦੇ ਵਿੱਚ ਉਤਰੇ ਹੋਏ ਹਾਂ। ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਬਿਲਕੁਲ ਬਰਫ਼ ਬਣੀ ਹੋਈ ਹੈ, ਪਾਣੀ ਜਿਹੜਾ ਬਿਲਕੁਲ ਬਰਫ਼ ਦੇ ਵਿੱਚ ਤਬਦੀਲ ਹੋਇਆ ਹੈ। ਬਹੁਤ ਸੋਹਣਾ ਇੱਥੋਂ ਦਾ ਨਜ਼ਾਰਾ ਹੈ। ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਨੈਚੁਰਲ ਬਿਊਟੀ ਹੈ ਇੱਥੋਂ ਦੀ। ਵਧੀਆ ਜਗ੍ਹਾ ਹੈ, ਅਸੀਂ ਬੜਾ ਫਨ ਕਰ ਰਹੇ, ਬਹੁਤ ਸਵਰਗ, ਧਰਤੀ ਦਾ ਸਵਰਗ ਕਿਹਾ ਜਾ ਸਕਦਾ। ਹੁਣ ਅਸੀਂ ਇੱਥੇ ਸਾਰਾ ਘੁੰਮ ਲਿਆ ਹੈ ਅਤੇ ਖਾ ਪੀ ਵੀ ਲਿਆ ਹੈ, ਹੁਣ ਅਸੀਂ ਵਾਪਸ ਘਰ ਨੂੰ ਚੱਲੇ ਹਾਂ। ਅਤੇ ਤੁਹਾਨੂੰ ਇਸੇ ਤਰੀਕੇ ਦੇ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਅਤੇ ਵੀਡੀਓ ਦਿਖਾਉਂਦੇ ਰਹੇ। ਅਤੇ ਤੁਸੀਂ ਜੇ ਵੀਡੀਓ ਪਸੰਦ ਆਈ ਹੋਵੇ ਇਸ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।